ਅੱਜ ਕੱਲ੍ਹ ਤੁਹਾਨੂੰ ਪਤਾ ਹੈ ਮਹੱਲਿਆਂ ਦੇ ਵਿੱਚ ਔਰਤਾਂ ਦੀਆਂ ਮਹਿਫਲਾਂ ਬੜੀਆਂ ਸ਼ੁਰੂ ਹੋਈਆਂ ਨੇ, ਔਰਤਾਂ ਨੇ ਸਪੀਕਰ ਨਾਲ ਕੋਲ ਰੱਖੇ ਨੇ ਅਤੇ ਉਹ ਮਹਿਫਲਾਂ ਕਰਦੀਆਂ, ਮਿਲਾਦ ਹੈ ਰੱਬੀ ਲੈਵਲ ਆਉਣਾ ਨਾ ਜੀ, ਅਤੇ ਵੇਖੋ ਤੁਸੀਂ ਯੂਟਿਊਬ 'ਤੇ ਵੇਖੋ ਕਿ ਕਿੰਨੀਆਂ ਔਰਤਾਂ ਚੜ੍ਹ ਗਈਆਂ ਨੇ ਨਾਤਾਂ ਬੋਲਣ ਵਾਲੀਆਂ। ਮੈਂ ਪਹਿਲੇ ਗੱਲ ਕੀਤੀ ਹੈ ਕਿ ਇਸਲਾਮ ਕਹਿੰਦਾ ਹੈ ਕਿ ਔਰਤ ਦੀ ਆਵਾਜ਼ ਕੀ ਹੈ, ਪੜਦਾ ਕੀ ਹੈ, ਪੜਦਾ। ਔਰਤ ਬਾ ਵਾਜ਼ੇ ਬੁਲੰਦ ਨਾਤ ਨਹੀਂ ਪੜ ਸਕਦੀ, ਔਰਤ ਲਾਊਡ ਸਪੀਕਰ ਦੇ ਅੰਦਰ ਤਕਰੀਰ ਨਹੀਂ ਕਰ ਸਕਦੀ, ਔਰਤ ਮਿਲਾਦ ਦੀਆਂ ਮਹਿਫਲਾਂ ਵਿੱਚ ਜਾ ਕੇ ਉੱਚੀ ਆਵਾਜ਼ ਨਾਲ ਤਕਰੀਰਾਂ ਨਾਤਾਂ ਤਲਾਵਤਾਂ ਨਹੀਂ ਕਰ ਸਕਦੀ, ਇਸਲਾਮ ਮਨਾ ਕੀਤਾ। ਅੱਜ ਤਾਂ ਹੁਣ ਸਾਊਂਡ ਸਪੀਕਰ ਲੱਗੇ ਹੁੰਦੇ ਨੇ ਔਰਤਾਂ ਦੀਆਂ ਮਹਿਫਲਾਂ 'ਤੇ, ਉਹ ਪੂਰਾ ਮਹੱਲਾ ਸੁਣਦਾ ਹੁੰਦਾ ਜੀ, ਕੀ ਹੈ ਜੀ, ਇਹ ਜੀ ਫਲਾਣੀ ਨੇ ਮਹਿਫਲ ਕਰਾਈ ਹੈ ਬੁੱਢੀਆਂ ਦੀ। ਬੰਦਿਆਂ ਨੂੰ ਪੁੱਛਣਾ ਕੋਈ ਨਹੀਂ ਤਾਂ ਬੁੱਢੀਆਂ ਦੀ ਮਹਿਫਲ ਕਰਾ ਛੱਡੀ, ਭਾਵੇਂ ਉਹ ਖੁਦ ਬੰਦੇ ਦੀ ਨਾ ਫਰਮਾਨ ਹੋਵੇ, ਖੁਦ ਬੰਦੇ ਨੂੰ ਕਦੀ ਲਿਫਟ ਹੀ ਨਾ ਕਰਾਈ ਹੋਵੇ, ਇਹ ਕੀ ਵੀ ਕਰਦੀ ਹੈ, ਇਹ ਮਿਲਾਦ ਵੀ ਪੜ੍ਹਦੀ ਜੇ, ਇਹ ਨਾਤਾਂ ਵੀ ਪੜ੍ਹਦੀ ਹੈ, ਰੱਬੀ ਲੈਵਲ ਦੇ ਵਿੱਚ ਰਿਕਾਰਡਿੰਗਾਂ ਕਰਾਈਆਂ ਨੇ। ਆ ਸਾਡੀਆਂ ਭੈਣਾਂ ਨੇ, ਅਸੀਂ ਤਾਂ ਭੈਣਾਂ ਹੀ ਕਹਾਂਗੇ, ਮੁਸਲਮਾਨ ਨੇ, ਚਲੋ ਅੱਲਾ ਉਹਨਾਂ ਨੂੰ ਹਦਾਇਤ ਅਤਾ ਫਰਮਾਏ, ਸਾਰੇ ਬੋਲੋ ਆਮੀਨ। ਅੱਲਾ ਅਸੀਂ ਔਰਤਾਂ ਨੂੰ ਹਦਾਇਤ ਅਤਾ ਫਰਮਾਏ ਵੀ ਜਿਹੜਾ ਤੁਸੀਂ ਦੀਨ ਦਾ ਕੰਮ ਸਮਝਦੀਆਂ ਪਈਆਂ ਵੋ ਨਾ, ਇਹ ਦੀਨ ਦਾ ਕੰਮ ਨਹੀਂ, ਇਹ ਬੁਰਾਈ ਦਾ ਕੰਮ ਹੈ, ਇਹ ਗੁਨਾਹ ਦਾ ਕੰਮ ਹੈ। ਔਰਤ ਜਿੱਥੇ ਵੀ ਬਾਵਾਜ਼ੇ ਬੁਲੰਦ ਬੋਲਦੀ ਹੋਵੇ ਮਨਾ ਕਰੋ ਜਾ ਕੇ ਉਸ ਘਰ ਵਿੱਚ, ਕਿ ਇਸਲਾਮ ਮਨਾ ਕਰਦਾ, ਤੂੰ ਕੀ ਕਰਨੀ ਪਈ, ਤੂੰ ਕਿੱਥੋਂ ਇਸਲਾਮ ਸਿੱਖਿਆ, ਇਸਲਾਮ ਤਾਂ ਕਹਿੰਦਾ ਤੇਰੀ ਆਵਾਜ਼ ਬਾਹਰ ਨਾ ਆਵੇ, ਅਤੇ ਪੂਰਾ ਘਰ ਕੀ ਪੂਰਾ ਪਿੰਡ ਪਿਆ ਸੁਣਦਾ। ਯੂਟਿਊਬ 'ਤੇ ਨਾਤਾਂ ਚੜ੍ਹਾ ਜਿਹੜੀਆਂ ਨੇ ਮਸ਼ਹੂਰ ਹੋਣ ਵਾਸਤੇ ਇਹਨਾਂ ਮੁਸਲਮਾਨ ਭੈਣਾਂ ਨੇ, ਅਤੇ ਬੇਪਰਦਗੀ ਮੇਕਅਪ ਇੰਜ ਦਾ ਕੀਤਾ ਜਨਾਬ, 30-30, 40-40 ਹਜ਼ਾਰ ਦਾ ਮੇਕਅਪ ਕਰਕੇ ਅਤੇ ਨਾਤਾਂ ਰਿਕਾਰਡ ਕਰਵਾਈਆਂ ਨੇ ਅਤੇ ਉਹਨੂੰ ਯੂਟਿਊਬ 'ਤੇ ਅਪਲੋਡ ਕੀਤਾ, ਕਿੱਡਾ ਵੱਡਾ ਗੁਨਾਹ ਹੈ, ਹੈ ਕਿ ਨਹੀਂ ਹੈ, ਮੰਨਦੇ ਹੋ ਕਿ ਨਹੀਂ ਮੰਨਦੇ ਇਹਨੂੰ ਗੁਨਾਹ। ਓਏ ਔਰਤ ਦਾ ਮੀਡੀਆ 'ਤੇ ਆ ਜਾਣਾ, ਔਰਤ ਦਾ ਜਨਾਬ ਨਾਤਾਂ ਪੜ੍ਹਨੀਆਂ ਸਰੇਆਮ ਆ ਕੇ ਮੇਕਅਪ ਕਰਕੇ, ਇਹ ਜਾਇਜ਼ ਹੈ, ਬੋਲੋ ਨਾਜਾਇਜ਼ ਹੈ, ਗੁਨਾਹ ਹੈ, ਕਬੀਰਾ ਗੁਨਾਹ ਹੈ, ਵੱਡਾ ਗੁਨਾਹ ਹੈ। ਔਰਤ ਮਿਲਾਦ ਨਹੀਂ ਪੜ੍ਹ ਸਕਦੀ ਬਾਵਾਜ਼ੇ ਬੁਲੰਦ, ਔਰਤ ਨਾਤ ਨਹੀਂ ਪੜ੍ਹ ਸਕਦੀ ਬਾਵਾਜ਼ੇ ਬੁਲੰਦ, ਔਰਤ ਸਪੀਕਰਾਂ 'ਚ ਨਾਰੇ ਨਹੀਂ ਲਾ ਸਕਦੀ। ਕੋਈ ਵੀ ਔਰਤ, ਜਾਓ ਕਿਸੇ ਮੁਫਤੀ ਕੋਲ ਫਤਵਾ ਲੈ ਲਓ, ਜਾਓ ਕਿਸੇ ਮੌਲਵੀ ਕੋਲ ਫਤਵਾ ਲੈ ਲਓ, ਨਾਜਾਇਜ਼ ਹੈ, ਨਾਜਾਇਜ਼ ਹੈ, ਗੁਨਾਹ ਦਾ ਕੰਮ ਹੈ। ਹੁਣ ਔਰਤਾਂ ਦੀਆਂ ਮਹਿਫਲਾਂ ਬੰਦਿਆਂ ਤੋਂ ਵੀ ਜ਼ਿਆਦਾ ਹੋ ਗਈਆਂ ਜੇ, ਔਰਤਾਂ ਦੀਆਂ ਮਹਿਫਲਾਂ ਸਾਡੇ ਮਹੱਲੇ ਵੇਖ ਲਓ, ਤੁਸੀਂ ਕਿਸੇ ਹੋਰ ਪਿੰਡ ਤੁਰ ਜਾਓ ਮਹੱਲੇ ਵੇਖ ਲਓ, ਔਰਤਾਂ ਬੀਬੀਆਂ ਦੀਆਂ ਮਹਿਫਲਾਂ ਜ਼ਿਆਦਾ ਹੋ ਗਈਆਂ ਨੇ। ਫਿਰ ਬੀਬੀਆਂ ਨੇ ਬੋਤਲਾਂ ਚੁੱਕੀਆਂ ਨੇ, 3-3, 4-4 ਬੋਤਲਾਂ ਚੁੱਕੀਆਂ ਜੀ, ਕਿੱਥੇ ਜਾ ਰਹੀਆਂ ਜੀ, ਮਹਿਫਲ 'ਤੇ ਜਾ ਰਹੀਆਂ ਵਾ ਜੀ, ਅਤੇ ਬੰਦੇ ਨੂੰ ਵਿਚਾਰੇ ਨੂੰ ਭਾਵੇਂ ਸੁਬਾਹ ਦਾ ਨਾਸ਼ਤਾ ਵੀ ਨਾ ਦਿੱਤਾ ਹੋਵੇ, ਇਹ ਮਹਿਫਲ 'ਤੇ ਜਾ ਰਹੀ ਹੈ ਨਾ ਜੀ, ਸਾਰਾ ਦਿਨ ਤਿਆਰ ਹੋਣ 'ਤੇ ਲਾੜਿਆ, ਕੱਪੜੇ ਪਹਿਲਾਂ ਹੀ, ਇਹ ਨਹੀਂ ਕੱਪੜੇ ਪਾਣੇ ਮੈਂ ਪਾਣੇ ਨੇ, ਫਿਰ ਮਹਿਫਲਾਂ 'ਤੇ ਜਾ ਕੇ ਵੀ ਫਿਰ ਕੀ ਸੂਰਤ ਹਾਲ ਹੈ, ਉੱਥੇ ਮਹਿਫਲ 'ਤੇ ਘੱਟ ਹੀ ਸੁਣਦੀਆਂ ਨੇ, ਇੱਕ ਦੂਜੇ ਦੇ ਕੱਪੜੇ ਜ਼ਿਆਦਾ ਵਹਿੰਦੀਆਂ ਨੇ, ਇਹਨੇ ਕਿਹੜਾ ਕੱਪੜਾ ਪਾਇਆ, ਇਹਨੇ ਕਿੱਥੋਂ ਸੂਟ ਲਿਆ। ਇਸ ਵਾਸਤੇ ਹਜ਼ਰਤ ਜੀ ਵਕਾਰ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਕੇ ਨਾ, ਉਹ ਔਰਤ ਜਹਨਮੀ ਹੈ, ਔਰਤ ਜੰਨਤ 'ਚ ਨਹੀਂ ਜਾ ਸਕਦੀ ਜਿਹੜੀ ਬੇਪਰਦਗੀ ਕਰੇਗੀ, ਜਿਹੜੀ ਆਪਣੀ ਆਵਾਜ਼ ਗੈਰ ਮਰਦਾਂ ਤੱਕ ਪਹੁੰਚਾਏਗੀ। ਇਸ ਵਾਸਤੇ ਦੁਆ ਗੋਵਾਂ, ਅੱਲਾ ਕਰੀਮ ਇਹਨਾਂ ਸਾਰੀਆਂ ਗੱਲਾਂ 'ਤੇ ਅਮਲ ਕਰਨ ਦੀ ਤੋਫੀਕ ਅਤਾ ਫਰਮਾਏ।